मैं जी मलेरकोटला ब्लाक खजान जी कुलविंदर सिंह भूदन भारतीय किसान एकता ग्राहां दा ब्लाक खजान जी अज जी संयुक्त मोर्चे वालों जिहड़ी काल दित्ती गई आ मोदी सरकार पिछले 6 महीनों तो लगातार दिल्ली के संघर्ष में लड़ते बैठे ने किसान उन्हां दी गल अणसुणी कर रही आ ओह उहदे विरोध दे विच असीं इत्थे इकट्ठे हो के हर पूरे भारत दे विच कस्बियां दे शहरां दे विच पुतले फूकण ने मोदी सरकार दे क्यों सानू अज 6 महीने हो गए इत्थे बैठिआं नू उधरों मोदी सरकार बणी नू 7 साल हो गए यानी 7 सालों दे विच देश की बर्बादी ते देश घाटे वाला सौदा अवानी अवानिया के कब्जे च करता जो अदारे ते हवाई अड्डे ते जां रेलवे स्टेशन ते जां किसी भी तरह के अदारे ते सारे अवानिया अवानिया के कब्जे च करते साडे देश नू खत्म कर लग्या
ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਵੀ ਸਾਡਾ ਦੇਸ਼ ਬਚਾਉਣਾ ਆਪਣੇ ਭਰਾਵੋ ਇਹਦੀਆਂ ਚਾਲਾਂ ਨੂੰ ਬੁੱਝੋ ਅੱਜ ਭਲਾ ਉਹ ਕਹਿੰਦਾ ਕੁਛ ਚੈਨਲਾਂ ਦੇ ਉੱਤੇ ਵੀ ਮੈਂ ਆਹ ਕੁਛ ਕਰਤਾ ਭਰਾਵੋ ਸਵਾ ਸਾਲ ਹੋ ਗਿਆ ਬਿਮਾਰੀ ਆਈ ਨੂੰ ਇੱਕ ਵੀ ਇਲਾਜ ਨਹੀਂ ਹੋਇਆ ਬਿਮਾਰੀ ਦਾ ਨਾ ਸਾਡੇ ਕੋਈ ਦਵਾਈ ਦਾ ਪ੍ਰਬੰਧ ਨਾ ਡਾਕਟਰਾਂ ਦੀ ਭਰਤੀ ਡਾਕਟਰਾਂ ਦੀ 30% ਖਾਲੀ ਪੋਸਟਾਂ ਪਈਆਂ ਨੇ ਭਰਾਵੋ ਉਹਨਾਂ ਦੀ ਕੋਈ ਪਰਵਾਹੀ ਨਹੀਂ ਹੋਈ ਹਜੇ ਤੱਕ ਨਾ ਨਰਸਾਂ ਦੀ ਪਰਵਾਹੀ ਨਾ ਡਾਕਟਰਾਂ ਦੀ ਨਾ ਡਾਕਟਰਾਂ ਦੀ ਕੋਈ ਪਰਵਾਹੀ ਨਹੀਂ ਕਰੀ ਕੋਈ ਸਹੂਲਤ ਨਹੀਂ ਦਿੱਤੀ ਭਰਾਵੋ ਲੋਕਾਂ ਨੂੰ ਡਰਾ ਧਮਕਾ ਕੇ ਦੋਨੇ ਸਰਕਾਰਾਂ ਪੰਜਾਬ ਦੀਆਂ ਵੀ ਅਤੇ ਸੈਂਟਰ ਦੀ ਵੀ ਲੋਕਾਂ ਨੂੰ ਡਰਾ ਧਮਕਾ ਕੇ ਜਾਣੀ ਅੰਦਰ ਵੜ ਕੇ ਭੁੱਖੇ ਮਾਰ ਰਹੀ ਆ ਵੀ ਕਰੋਨਾ ਨਾਲ ਤੁਸੀਂ ਅੰਦਰ ਵੜ ਕੇ ਲੜੋ ਭੁੱਖੇ ਮਰ ਕੇ ਪਾਣੀ ਕੋਈ ਸਾਧਨ ਨਹੀਂ ਕਰਿਆ ਮੇਰਾ ਨਾਮ ਰਫੀਆ ਸੀਨੀਅਰ ਰਮੇਤ ਪ੍ਰਧਾਨ ਆਸ਼ਾ ਵਰਕਰ ਮਲੇਰਕੋਟਲਾ ਅੱਜ ਇੱਥੇ ਦਾ ਇਹ ਵਿਸ਼ਾ ਜਿਹੜਾ ਵਿਸ਼ਾ ਇਹ ਬਹੁਤ ਜ਼ਿਆਦਾ ਸੰਘਰਸ਼ ਵਾਲਾ ਵਿਸ਼ਾ ਅਤੇ ਅਸੀਂ ਇਹ ਵਿਸ਼ਾ 'ਚ ਆਪਣੇ ਕਿਸਾਨ ਭਰਾਵਾਂ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਕੰਧੇ ਨਾਲ ਕੰਧਾ ਮਿਲਾ ਕੇ ਚੱਲਾਂਗੀਆਂ ਅਤੇ ਜਦੋਂ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਤਿੰਨੀ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਬੇਨਤੀਆਂ ਕਰ ਕਰਕੇ ਥੱਕ ਗਏ ਸਾਡੇ ਕਿਸਾਨ ਵੀਰ ਨੇ ਜਿਹੜੇ 6 ਮਹੀਨਿਆਂ ਤੋਂ ਲਗਾਤਾਰ ਦਿੱਲੀ ਸੰਘਰਸ਼ ਮੋਰਚੇ 'ਤੇ ਬੈਠੇ ਨੇ ਸਰਕਾਰ ਨੂੰ ਥੋੜ੍ਹੀ ਸ਼ਰਮ ਆਉਣੀ ਚਾਹੀਦੀ ਆ ਕਿ 6 ਮਹੀਨੇ ਹੋ ਗਏ ਇਹ ਆਪਣੇ ਘਰ ਛੱਡ ਕੇ ਬੈਠੇ ਨੇ ਘਰਦਾਰ ਛੱਡ ਕੇ ਬੈਠੇ ਨੇ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਅਸੀਂ ਇਹ 3 ਕਾਨੂੰਨ ਵਾਪਸ ਨਹੀਂ ਲੈ ਸਕਦੇ ਕਿਉਂ ਨਹੀਂ ਲੈ ਸਕਦੇ ਜਦੋਂ ਸਰਕਾਰ ਦਾ ਦੇਖੋ ਕਰੋਨਾ ਵਾਇਰਸ ਦਾ ਚੱਲਿਆ ਸਰਕਾਰ ਦਾ ਅਸੀਂ ਕੰਧੇ ਨਾਲ ਕੰਧਾ ਮਿਲਾ ਕੇ ਸਰਕਾਰ ਦਾ ਸਾਥ ਦਿੱਤਾ ਜਿਵੇਂ ਕਹਿੰਦੇ ਸੀ ਸੈਨਾਟਾਈਜ਼ਰ ਕਰੋ ਜਾਂ ਇੰਜੈਕਸ਼ਨ ਲਓ ਵੈਕਸੀਨ ਕਰੋ ਉਹ ਵੀ ਆਸ਼ਾ ਵਰਕਰਾਂ ਨੇ ਕਰਵਾਈ ਇਹ ਜਿਹੜੇ ਸਾਡੇ ਆਹ ਮਜ਼ਦੂਰ ਕਿਸਾਨ ਭਰਾ ਨੇ ਸਾਡੇ ਨਾਲ ਕੰਧੇ ਨਾਲ ਕੰਧਾ ਮਲ ਕੇ ਚੱਲਦੇ ਨੇ ਨਾਲ ਲੱਗ ਕੇ ਚੱਲਦੇ ਨੇ ਅਤੇ ਅਸੀਂ ਵੀ ਸਾਡੀਆਂ ਕਿਸਾਨ ਸਾਡੀਆਂ ਆਸ਼ਾ ਵਰਕਰਾਂ ਦਾ ਇਹੀ ਭੈਣਾਂ ਦਾ ਨਾਰਾ ਕਿ ਇਹ ਸਾਡੇ ਯੋਧਾ ਵੀਰ ਨੇ ਅਤੇ ਅਸੀਂ ਇਹਨਾਂ ਦੀਆਂ ਝਾਂਸੀ ਦੀਆਂ ਰਾਣੀਆਂ ਭੈਣਾਂ ਅਸੀਂ ਇਹਨਾਂ ਦੀਆਂ ਸ਼ੇਰਨੀਆਂ ਭੈਣਾਂ ਹਾਂ ਜਥੇਬੰਦੀ ਵੱਲੋਂ ਅਸੀਂ ਪੂਰਾ ਸਮਰਥਨ ਦੇ ਰਹੇ ਹਾਂ ਨਰੋਲ ਯੂਨੀਅਨ ਪੰਜੋਲਾ ਗਰੁੱਪ ਮੀਤ ਪ੍ਰਧਾਨ ਨਿਰਮਲ ਸਿੰਘ ਹਰੀਪੁਰ ਜੀ ਬਲਾਕ ਮਲੇਰਕੋਟਲਾ ਬੀਕੇ ਜੂ ਗ੍ਰਹਾਂ ਅਤੇ ਜੋ ਸਾਡਾ ਇਹ ਅੱਜ ਦਾ ਪ੍ਰੋਗਰਾਮ ਆ ਇਸ ਮੋਦੀ ਦੇ ਜੋ ਕਾਲੇ ਕਾਰਨਾਮੇ ਨੇ ਜੋ ਜਨਤਾ ਨਾਲ ਧੱਕਾ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਅਸੀਂ ਇਹ 26 ਮਈ ਨੂੰ ਕਾਲੇ ਦਿਵਸ ਦੇ ਤੌਰ 'ਤੇ ਮਨਾ ਰਹੇ ਹਾਂ ਭਰਾਵੋ ਇਹ ਜਿਹੜੇ ਉਹਨਾਂ ਦੇ ਸੈਂਟਰ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਨੇ ਇਹ ਸਾਡੇ ਉਸ ਰੋਸ ਵਜੋਂ ਨੇ ਅੱਜ ਜਿਹੜੇ ਕਾਲਾ ਦਿਵਸ ਮਨਾ ਰਹੇ ਹੋਏ ਕਿਉਂ ਮਨਾ ਰਹੇ ਇਹ ਭਰਾਵੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਾ ਵੀ ਜਿਹੜੀਆਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੇ ਇਹ 3 ਕਾਲੇ ਕਾਨੂੰਨ ਲੈ ਕੇ ਆਉਂਦੇ ਨੇ ਜਾਂ ਸਾਰੇ ਸਾਡੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਸੈਕਟਰ ਨੂੰ ਦੇ ਰਹੇ ਨੇ ਇਹ ਉਹਦੇ ਵਿਰੋਧ ਦੇ ਵਿੱਚ ਆ ਕਿਉਂਕਿ ਅਸੀਂ 26 ਤਰੀਕ ਤੋਂ ਪਹਿਲਾਂ ਤੋਂ ਸ਼ੁਰੂ ਹੋ ਕੇ ਅੱਜ 7ਵੇਂ ਮਹੀਨੇ ਦੇ ਵਿੱਚ ਮਤਲਬ ਬੜੇ ਹੋਏ ਹਾਂਗੇ ਸੰਘਰਸ਼ ਨੂੰ ਸਾਡੀ ਕੋਈ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਇਹ ਉਹਦੇ ਰੋਸ ਵਜੋਂ ਹੈ ਜੀ ਕੀ ਤੁਹਾਨੂੰ ਲੱਗਦਾ ਹੈ ਵੀ ਸਰਕਾਰ ਹੁਣ ਝੁਕੂਗੀ ਕੋਈ ਸੁਣਵਾਈ ਹੋਊਗੀ ਸਰਕਾਰ ਨੂੰ ਝੁਕਣਾ ਤਾਂ ਖੈਰ ਪੈਣਾ ਹੀ ਆ ਸਮਾਂ ਵੱਧ ਘੱਟ ਹੋ ਸਕਦਾ ਜਿਸ ਤਰ੍ਹਾਂ ਇਹ ਸਾਡੇ ਲੋਕ ਹੁਣ ਜਾਗਰੂਕ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਸਰਕਾਰ ਨੂੰ ਤਾਂ ਇਹ ਝੁਕਣਾ ਹੀ ਪੈਣਾ ਸਰਕਾਰ ਦੀ ਇਹਦੇ ਵਿੱਚ ਝੁਕਣ ਜੇ ਝੁਕ ਵੀ ਜਾਵੇ ਸਰਕਾਰ ਦਾ ਕੁਛ ਘਟਦਾ ਨਹੀਂ ਹੁੰਦਾ ਕਿਉਂ ਸਰਕਾਰ ਜਨਤਾ ਨੇ ਬਣਾਈ ਹੁੰਦੀ ਆ ਜਨਤਾ ਦੀਆਂ ਗੱਲਾਂ ਦੇ ਨਾਲ ਹੀ ਉਹਨੂੰ ਸਹਿਮਤ ਹੋਣਾ ਪੈਂਦਾ ਅਤੇ ਝੁਕਣ ਵਾਲੀ ਤਾਂ ਖੈਰ ਕੋਈ ਗੱਲ ਨਹੀਂ ਇਹ ਲੋਕਾਂ ਦੀ ਗੱਲ ਸਰਕਾਰ ਨੂੰ ਮੰਨਣੀ ਚਾਹੀਦੀ ਲੋਕਾਂ ਦਾ ਸਹਿਯੋਗ ਬਹੁਤ ਵਧੀਆ ਜੀ ਠੀਕ ਆ ਵਿੱਚ ਦੀ ਜਿਵੇਂ ਹੁਣ ਹਾੜੀ ਸਾਉਣੀ ਦਾ ਸੀਜ਼ਨ ਆ ਜਾਂਦਾ ਇਹਦੇ ਵਿੱਚ ਥੋੜ੍ਹਾ ਜਿਹਾ ਚਲੋ ਲੋਕਾਂ ਨੂੰ ਸਾਰਿਆਂ ਨੇ ਨਾਲ ਕਬੀਲਦਾਰੀਆਂ ਘਰ ਵੀ ਚਲਾਉਣੇ ਨੇ ਉਹਦੇ ਕਰਕੇ ਫਰਕ ਜ਼ਰੂਰ ਪੈ ਜਾਂਦਾ ਪਰ ਬਾਕੀ ਸਹਿਯੋਗ ਲੋਕਾਂ ਦਾ ਬਹੁਤ ਵਧੀਆ ਜੀ